ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਜਾ ਰਹੇ ਹਾਂ ਜੀ ਪਿੰਡ ਕੋਟਲੀ ਸੂਰਤ ਮੱਲੀ, ਗੁਰਦਾਸਪੁਰ ਤੋਂ ਕਲਾਨੌਰ ਅਤੇ ਕਲਾਨੌਰ ਤੋਂ ਧਿਆਨਪੁਰ ਰੋਡ 'ਤੇ ਪਿੰਡ ਆ ਜੀ ਪਿੰਡ, ਅਤੇ ਜਾ ਕੇ ਆਪਾਂ ਬਣਾਵਾਂਗੇ ਜੀ ਬਾਈ ਸਿੱਧੂ ਮੂਸੇਵਾਲੇ ਦੀ ਪੇਂਟਿੰਗ। ਅਤੇ ਮੌਸਮ ਚੈੱਕ ਕਰੋ ਜੀ ਕਿੰਨਾ ਘੈਂਟ ਹੋਇਆ ਜੀ ਅੱਜ, ਅਤੇ ਬਣੇ ਰਹੋ ਵੀਡੀਓ 'ਚ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਪਿੰਡ ਕੋਟਲੀ। ਕਰਤੀ ਲਓ ਜੀ, ਕਰਤੀ ਹੈ ਜੀ ਪੇਂਟਿੰਗ ਸਟਾਰਟ, ਅਤੇ ਬਣੇ ਰਹੋ ਵੀਡੀਓ 'ਚ, ਆਪਾਂ ਲੱਗੇ ਹਾਂ ਸਪੀਡ ਵਧਾਉਣ ਹੁਣ। ਪੱਗ ਬਣ ਗਈ ਹੈ ਜੀ, ਅਤੇ ਹੁਣ ਆਪਾਂ ਲੱਗੇ ਹਾਂ ਜੀ ਫੇਸ ਬਣਾਉਣ, ਅਤੇ ਫੇਸ 'ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਜੀ, ਅਤੇ ਆਪਾਂ ਵੀਡੀਓ ਨੂੰ ਥੋੜ੍ਹੀ ਤੇਜ਼ ਕਰ ਦਿਆਂਗੇ ਕਿਉਂਕਿ ਬਹੁਤ ਘੱਟ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈ ਜੀ ਕਿਵੇਂ ਬਣਦੀ ਹੈ ਪੇਂਟਿੰਗ। ਅਤੇ ਬਾਈ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਜਿਹੜੇ ਸਾਰੇ ਆਪਣੇ ਭੈਣ ਭਰਾ ਜਿਹੜੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਅਤੇ ਕਿਉਂਕਿ ਆਪਾਂ ਤੁਹਾਡੇ ਵਾਸਤੇ ਫੁੱਲ ਵੀਡੀਓ ਬਣਾਉਂਦੇ ਹਾਂ। ਅਤੇ ਲਓ ਜੀ ਆਪਾਂ ਲੱਗੇ ਹਾਂ ਵੀਡੀਓ ਨੂੰ ਸਪੀਡ ਕਰਨ। ਨਹੀਂ ਜੀ ਵੀਡੀਓ 'ਚ ਹੀ ਆ, ਟੈਂਪਲੇਟ ਬਣਾਵਾਂ ਨਾ।
ਟੈਂਪਲੇਟ 'ਚ ਬਣਾ ਰੱਖਾ, ਇੱਦਾਂ ਤਾਂ ਲੱਗ ਜੂ ਸਾਰਾ ਦਿਨ, 24 ਘੰਟੇ ਦੀ ਬਣ ਜੂਗੀ ਵੀਡੀਓ, ਅਤੇ ਟੈਂਪਲੇਟ 'ਚ ਵੀਡੀਓ ਬਣਾਉਣੀ ਪੈਂਦੀ ਹੈ ਜੀ। ਫੇਸ 'ਤੇ ਬਹੁਤ ਟਾਈਮ ਲੱਗਿਆ ਸੀ, ਅਤੇ ਇੱਕ ਦਿਨ 'ਚ ਸਿਰਫ ਸਾਡੇ ਕੋਲ ਫੇਸ ਹੀ ਤਿਆਰ ਹੋਇਆ ਸੀ। ਅਤੇ ਦੇਖੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੇ ਟੈਂਪਲੇਟ 'ਚ, ਜੇ ਬਰੀਕੀਆਂ 'ਚ ਆਇਆ ਜਾਏ ਤਾਂ ਘੱਟੋ ਘੱਟ ਇੱਕ ਦਿਨ 'ਚ ਫੇਸ ਹੀ ਇਕੱਲਾ ਬਣਦਾ ਜੀ, ਅਤੇ ਦੂਜੇ ਦਿਨ ਬਾਕੀ ਸਾਰਾ ਕੁਛ। ਇਹ ਵੀਡੀਓ ਜੀ ਆਪਾਂ ਇਸ ਕਰਕੇ ਪਏ ਸੀ ਇਸ ਵਾਰੀ ਕਿਉਂਕਿ ਕਈ ਲੋਕ ਕਹਿੰਦੇ ਕਿ ਤੁਸੀਂ ਸ਼ੇਡਿੰਗ ਕਰਦੇ ਨਹੀਂ ਦਿਖਾਉਂਦੇ, ਅਤੇ ਸ਼ੇਡਿੰਗ ਕਰਦੇ ਆਪਾਂ ਤਾਂ ਨਹੀਂ ਦਿਖਾਉਂਦੇ ਜੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ। ਫੇਸ ਦੀ ਸ਼ੇਡਿੰਗ ਜੇ ਦਿਖਾਉਣ ਜਾਈਏ ਤਾਂ ਇੱਕ ਦਿਨ ਦੀ ਵੀਡੀਓ ਬਣਦੀ ਹੈ ਪੂਰੀ, ਇਸ ਕਰਕੇ ਆਪਾਂ ਫੇਸ ਦੀ ਵੀਡੀਓ ਜਿਹੜੀ ਆ ਉਹ ਨਹੀਂ ਦਿਖਾਉਂਦੇ। ਅਤੇ ਆਪਣੇ ਕੋਲ ਜਿਹੜੇ ਫੋਨ ਆ ਉਹ ਵੀ ਡੀ ਮਤਲਬ ਮੈਮਰੀ ਜਲਦੀ ਫੁੱਲ ਹੋ ਜਾਂਦੀ ਆ, ਅਤੇ ਕੋਈ ਐਡੇ ਵੱਡੇ ਫੋਨ ਨਹੀਂ ਰੱਖੇ ਆਪਾਂ ਨੇ, ਅਤੇ ਇਸ ਕਰਕੇ ਆਪਾਂ ਜੀ ਫੇਸ ਦੀ ਸ਼ੇਡਿੰਗ ਦੀ ਜਿਹੜੀ ਵੀਡੀਓ ਨਹੀਂ ਦਿਖਾਉਂਦੇ। ਅਤੇ ਇਸ ਵਾਰੀ ਆਪਾਂ ਬਣਾਈ ਸੀ ਵੀਡੀਓ ਟੈਂਪਲੇਟ 'ਚ, ਅਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗੀ। ਇਹ ਹਜੇ ਪੂਰਾ ਫੇਸ ਕੰਪਲੀਟ ਨਹੀਂ ਆ, ਥੋੜ੍ਹਾ ਅਨਕੰਪਲੀਟ। ਲਓ ਜੀ ਦੁਬਾਰਾ ਜਾ ਰਹੇ ਹਾਂ ਜੀ ਪੇਂਟਿੰਗ ਬਣਾਉਣ ਵਾਸਤੇ। ਅੱਜ ਫਿਰ ਸਾਨੂੰ 11 ਵਜੇ ਜਾਂਦੇ ਜਾਂਦੇ, ਅਤੇ ਬੱਦਲ ਬਹੁਤ ਹੋਇਆ ਹੈ, ਜਦੋਂ ਲੱਗਦਾ ਬਾਰਿਸ਼ ਪਊਗੀ। ਅਤੇ ਬਾਕੀ ਦੇਖਦੇ ਹਾਂ ਜੀ ਕੰਮ ਕਰਕੇ ਸ਼ੁਰੂ। ਅਤੇ ਇੱਕ ਦਿਨ 'ਚ ਸਾਡੇ ਕੋਲ ਸਿਰਫ ਫੇਸ ਹੀ ਬਣਿਆ ਸੀ ਕੱਲ੍ਹ, ਅਤੇ ਅੱਜ ਆਪਾਂ ਫਿਰ ਆ ਗਏ ਹਾਂ ਜੀ, ਅਤੇ ਥੋੜ੍ਹੇ ਹੋ ਗਏ ਲੇਟ, ਅਤੇ ਪਹੁੰਚ ਚੱਲੇ ਆਪਾਂ ਪੇਂਟਿੰਗ 'ਤੇ। ਅਤੇ ਕੱਲ੍ਹ ਸਾਡੇ ਕੋਲ ਬਸ ਇੰਨਾ ਕੁ ਕੰਮ ਹੋਇਆ ਸੀ, ਆਹ ਫੇਸ 'ਤੇ ਥੋੜ੍ਹਾ ਜਿਹਾ ਹੱਥ 'ਚ ਰੰਗ ਭਰਿਆ ਸੀ, ਅਤੇ ਬਾਕੀ ਬਣਾ ਦਿੱਤੀ ਆ। ਅਤੇ ਹੁਣ ਆਪਾਂ ਕਰਤਾ ਜੀ ਟੀ ਸ਼ਰਟ 'ਤੇ ਕੰਮ ਸਟਾਰਟ, ਅਤੇ ਥੋੜ੍ਹੀ ਜਿਹੀ ਵੀਡੀਓ ਸਪੀਡ ਕਰਨੀ ਪੈਣੀ ਆ, ਨਿੱਤੇ ਘੱਟੋ ਘੱਟ 30 ਮਿੰਟ ਦੀ ਵੀਡੀਓ 'ਤੇ ਟੀ ਸ਼ਰਟ 'ਤੇ ਹੀ ਬਣ ਜਾਣੀ ਆ। ਅਤੇ ਤੁਸੀਂ ਹੋ ਜਾਓਗੇ ਬੋਰ ਵੀ ਆ ਕੇ ਕਰੀ ਜਾਂਦਾ, ਅਤੇ ਲਓ ਜੀ ਆਪਾਂ ਸਪੀਡ ਵਧਾ ਕੇ ਫਿਰ ਕਰਦੇ ਹਾਂ ਜੀ ਕੱਲ੍ਹ। ਲਓ ਜੀ ਪੇਂਟਿੰਗ ਸਾਰੀ ਹੋ ਗਈ ਆ ਜੀ ਰੈਡੀ, ਅਤੇ ਕਮੈਂਟ ਕਰਕੇ ਦੱਸਿਓ ਪੇਂਟਿੰਗ ਕਿੱਦਾਂ ਦੀ ਲੱਗੀ। ਅਤੇ ਉੱਪਰ ਆਪਾਂ ਲਿਖਣ ਲੱਗੇ ਹਾਂ ਜੀ ਲੇਜੈਂਡ, ਅਤੇ ਲੇਜੈਂਡ ਲਿਖ ਕੇ ਫਿਰ ਤੁਹਾਨੂੰ ਦਿਖਾਵਾਂਗੇ ਜੀ ਕੁਛ ਫੋਟੋਆਂ। ਅਤੇ
ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕੰਮ ਕਿੱਦਾਂ ਲੱਗਦਾ, ਅਤੇ ਸ਼ੇਅਰ ਵੀ ਕਰ ਦਿਆ ਕਰੋ ਨਾਲ ਦੀ ਨਾਲ, ਅਤੇ ਇਹਦੇ ਨਾਲ ਹੀ ਸਾਡਾ ਹੌਂਸਲਾ ਵੱਧਦਾ ਜੀ। ਧੰਨਵਾਦ ਜੀ, ਬਣੇ ਰਹੋ ਵੀਡੀਓ 'ਚ। ਸੁੱਕ ਭਾਅ ਜੀ ਇੱਧਰ ਬੋਤਲਾਂ ਭਾਅ ਜੀ ਹਨ ਭਾਅ ਜੀ ਹਨ